चोणां दे इस माहौल विच शिवसेना पंजाब वालों पूरे पंजाब विच बीजेपी नूं समर्थन दे दिता है। इसे तहत ही हलका राजपुरा तो बीजेपी दे उम्मीदवार जगदीश कुमार जग्गा शिवसेना पंजाब दे दफ्तर पुजे ते शिवसेना पंजाब दी पूरी टीम दा धन्नवाद कीता। इस मौके ते शिवसेना दे मीत प्रधान संजीव कुमार राजपुरा, करनताज, परविंदर अरोड़ा ते होर शिव सैनिक मौजूद रहे ते बीजेपी जिंदाबाद दे नारे लगाए अते राजपुरा तो बीजेपी दी सीट जीतन दा दावा कीता। ਸਮਰਥਨ ਦਿੱਤਾ ਤੇ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਤੇ ਕਿੱਦਾਂ ਲੱਗ ਰਿਹਾ ਤੁਹਾਨੂੰ ਇਹਨਾਂ ਦੇ ਸਮਰਥਨ ਦਾ ਕਿੰਨਾ ਕੁ ਬਲ ਮਿਲੇਗਾ ਤੁਹਾਨੂੰ? ਮੈਂ ਸਭ ਤੋਂ ਪਹਿਲਾਂ ਤਾਂ ਸ਼ਿਵ ਸੈਨਾ ਪੰਜਾਬ ਸੰਜੀਵ ਜੀ ਦਾ ਤੇ ਇਹਨਾਂ ਦੀ ਟੀਮ ਦਾ ਮੈਂ ਧੰਨਵਾਦ ਕਰਦਾ ਜਿਹੜਾ ਕਿ ਇਹਨਾਂ ਨੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦਿੱਤਾ ਨਾਲ ਮੈਨੂੰ ਸਮਰਥਨ ਦਿੱਤਾ ਜਿਹੜਾ ਕਿ ਮੈਂ ਇੰਨੀ ਗੱਲ ਕਹਿ ਸਕਦਾ ਇਹਨਾਂ ਦੇ ਸਮਰਥਨ ਨਾਲ ਜਿਹੜੀ ਸਾਡੀ ਥੋੜ੍ਹੀ ਬਹੁਤੀ ਕਸਰ ਸੀਗੀ ਜਿੱਤ ਦੀ ਅੱਜ ਮੈਂ ਇਹ ਗੱਲ ਕਹਿ ਸਕਦਾ ਵੀ ਅੱਜ ਜਿੱਤ ਪੱਕੀ ਹੈ, ਬਾਕੀ ਐਲਾਨ ਹੋਣਾ ਬਾਕੀ ਹੈ। ਅਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਅਤੇ ਰੋਜ਼ ਹੀ ਕੋਈ ਨਾ ਕੋਈ ਹਰੇ 36 ਸਮਾਜ 36 ਬਰਾਦਰੀਆਂ ਦੇ ਤਕਰੀਬਨ ਸਾਰਿਆਂ ਦਾ ਹੀ ਆਸ਼ੀਰਵਾਦ ਮਿਲ ਗਿਆ। ਅਤੇ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਅਸੀਂ ਕੱਲ੍ਹ ਬਨੂੜ ਵਿੱਚ ਨਿੰਮਾ ਜੀ ਦੇ ਸੁਖਜੀਤ ਸਿੰਘ ਸੁੱਖ ਅਤੇ ਉਹਨਾਂ ਦੇ ਫਾਦਰ ਅਤੇ ਉਹਨਾਂ ਦੀ ਮਦਰ ਤੋਂ ਮੈਂ ਆਸ਼ੀਰਵਾਦ ਲੈ ਕੇ ਆਇਆ। ਉਹਨਾਂ ਨੇ ਵੀ ਮੈਨੂੰ ਸਮਰਥਨ ਦਿੱਤਾ। ਮੈਂ ਇਹ ਕਹਿ ਸਕਦਾ ਹਰੇਕ ਸਮਾਜ 'ਚ ਹਰੇਕ ਵਰਗ ਮੈਨੂੰ ਆਸ਼ੀਰਵਾਦ ਦੇ ਰਿਹਾ ਕਿਉਂਕਿ ਅਤੇ ਹਲਕਾ ਰਾਜਪੁਰਾ 'ਚ ਇੱਕੋ ਹੀ ਡਿਮਾਂਡ ਸੀਗੀ ਵੀ ਸਾਨੂੰ ਜਿਹੜਾ ਕੈਂਡੀਡੇਟ ਚਾਹੀਦਾ ਉਹ ਹਲਕਾ ਰਾਜਪੁਰੇ ਦਾ ਲੋਕਲ ਬੰਦਾ ਹੋਣਾ ਚਾਹੀਦਾ ਜਿਹੜਾ ਕਿ ਤਾਂ ਹੀ ਇਹ ਅੱਜ ਇੰਨੀ ਹਜੂਮ ਚੱਲ ਰਹੀ। ਸਰ ਤੁਸੀਂ ਸਮਝਦੇ ਵੀ ਤੁਹਾਨੂੰ ਲੋਕ ਵੋਟਾਂ ਕਿਉਂ ਪਾਉਣਗੇ? ਮੈਨੂੰ ਵੋਟਾਂ ਪਹਿਲੀ ਗੱਲ ਤਾਂ ਮੈਂ ਲੋਕਲ ਕੈਂਡੀਡੇਟ ਹਾਂ ਜਿਹੜੇ ਕਿ ਹਲਕਾ ਰਾਜਪੁਰਾ ਦੀ ਡਿਮਾਂਡ ਸੀ ਅਤੇ ਦੂਜੀ ਗੱਲ ਸਾਰੇ ਰਾਜਪੁਰੇ ਨੂੰ ਪਤਾ ਹਲਕਾ ਰਾਜਪੁਰਾ ਨੂੰ ਪਤਾ ਵੀ ਇਹ ਬੰਦਾ 18 ਸਾਲਾਂ ਤੋਂ ਨਿਸਵਾਰਥ ਆਪਣੇ ਕੋਲੋਂ ਪੈਸੇ ਲਾ ਕੇ ਸੇਵਾ ਕਰ ਰਿਹਾ ਅਤੇ ਲੋਕ ਮੈਂ ਇਹ ਗੱਲ ਕਹਿ ਸਕਦਾ ਵੀ ਲੋਕ ਜਿਹੜੀ ਮੈਂ ਸੇਵਾ ਕੀਤੀ ਹੈ ਉਹਦਾ ਮੈਨੂੰ 100 ਗੁਣਾ ਜ਼ਿਆਦਾ ਪਿਆਰ ਦੇ ਰਹੇ ਨੇ ਇਸ ਕਰਕੇ ਲੋਕ ਸਹਿਯੋਗ ਕਰ ਰਹੇ ਨੇ। ਕਿਸਾਨਾਂ ਦਾ ਕਿੰਨਾ ਕੁ ਅਸਰ ਰਹੇਗਾ ਜੀ ਇੱਥੇ ਰਾਜਪੁਰੇ 'ਚ ਤੁਹਾਡੀ ਸੀਟ 'ਤੇ? ਦੇਖੋ ਕਿਸਾਨਾਂ ਨੂੰ ਹੁਣ ਅਸੀਂ ਮੈਨੋਫੈਸਟੋ ਸਾਡਾ ਤੁਸੀਂ ਦੇਖਿਆ ਹੀ ਹੋਣਾ 5 ਏਕੜ ਤੱਕ ਆਪਣਾ ਜਿਹਦਾ ਵੀ ਕਰਜ਼ਾ ਹੈਗਾ ਬਿਲਕੁਲ ਮੁਫਤ। ਇਹੋ ਜਿਹੇ ਕਈ ਸਕੀਮਾਂ ਆਈਆਂ ਨੇ ਮੈਨੋਫੈਸਟੋ 'ਚ। ਦੂਜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਸਾਨਾਂ ਬਾਰੇ, ਮੈਂ ਖੁਦ ਕਿਸਾਨ ਅੰਦੋਲਨ ਦਾ ਹਿੱਸਾ ਰਿਹਾ ਅਤੇ ਕਿਉਂਕਿ ਜਦੋਂ ਵੀ ਉਹ ਕਹਿ ਦਿੰਦੇ ਸੀ ਵੀ ਗਰਮੀਆਂ ਸੀਗੀਆਂ ਕੁਛ ਸੀ ਵੀ ਮੈਨੂੰ ਇਹ ਕਹਿ ਦਿੰਦੇ ਸੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਮੇਰੀ ਪਾਣੀ ਦੀ ਫੈਕਟਰੀ ਹੈ, ਮੈਨੂੰ ਜਦੋਂ ਵੀ ਉਹ ਹੁਕਮ ਕਰਦੇ ਸੀ ਕਿ ਜੱਗਾ ਜੀ ਤੁਸੀਂ ਵੀ ਅੰਦੋਲਨ ਦਾ ਹਿੱਸਾ ਹੋ ਅਤੇ ਜੋ ਵੀ ਉਹ ਕਹਿ ਦਿੰਦੇ ਸੀ ਮੈਂ ਉਹਨਾਂ ਨੂੰ ਪਤਾ ਵੀ ਇਹ ਸੇਵਾਦਾਰ ਬੰਦਾ ਕਦੇ ਮਨਾ ਨਹੀਂ ਕਰਦਾ। ਸਗੋਂ ਮੈਂ ਇਹ ਗੱਲ ਕਹਿ ਸਕਦਾ ਮੈਨੂੰ ਕੁਛ ਕਿਸਾਨ ਨੇਤਾ ਵੀ ਕਹਿ ਕੇ ਗਏ ਨੇ ਜੱਗਾ ਜੀ ਤੁਸੀਂ ਆਪਣਾ ਕੀ ਕਹਿ ਸਕਦੇ ਹਾਂ ਵੀ ਤੁਸੀਂ ਇੱਕ ਅਸੀਂ ਤਾਂ ਇਹ ਸੋਚ ਰਹੇ ਵੀ ਸੇਵਾਦਾਰ ਬੰਦਾ ਤਾਂ ਤੁਹਾਨੂੰ ਸਮਰਥਨ ਦੇ ਰਿਹਾ। ਦੂਜੀ ਗੱਲ ਹੁਣ ਥੋੜ੍ਹੇ ਦਿਨ ਪਹਿਲਾਂ ਹੀ ਜਿਹੜੇ ਮਰਜ਼ੀ ਪਿੰਡ ਜਾ ਰਹੇ ਹਾਂ ਹਰੇਕ ਪਿੰਡ ਦੇ ਕਿਸਾਨ ਸਰੇਆਮ ਕਹਿ ਰਹੇ ਨੇ ਵੀ ਅਸੀਂ ਜੱਗਾ ਜੀ ਨਾਲ ਹੈ, ਕੋਈ ਐਸਾ ਉਹ ਨਹੀਂ ਹੈ। ਜੱਗਾ ਜੀ ਡੇਰੇ ਦਾ ਕਿਆ ਸਮਰਥਨ ਹੈ ਜੀ? ਕੋਈ ਗੱਲਬਾਤ ਹੋਈ ਤੁਹਾਡੀ ਇਸ ਬਾਰੇ ਵੀ ਕਿਆ ਸਮਰਥਨ ਕਿੱਥੇ? ਦੇਖੋ ਮੈਨੂੰ ਨਹੀਂ ਪਤਾ ਸਮਰਥਨ ਦਾ ਕਿਵੇਂ ਮੈਂ ਜਿਹੜੇ ਵੋਟਾਂ ਮੰਗ ਰਿਹਾ ਸੀ ਡੇਟ 'ਚ ਜਿੰਨੀਆਂ ਵੀ ਵੋਟਾਂ ਮੰਗ ਰਿਹਾ ਮੈਂ ਆਪਣੀ ਹਲਕਾ ਰਾਜਪੁਰ ਦੀ ਜਿਹੜੀ ਸੇਵਾ ਕੀਤੀ ਹੈ ਵੀ ਮੈਂ ਸੇਵਾ ਦੀ ਵੋਟ ਮੰਗ ਰਿਹਾ। ਅਤੇ ਮੈਂ ਇੱਕ ਗੱਲ ਹੋਰ ਕਹਿੰਦਾ ਤੁਹਾਡੇ ਰਾਹੀਂ ਹਲਕਾ ਰਾਜਪੁਰ ਦੇ ਲੋਕਾਂ ਨੂੰ, ਮੈਨੂੰ ਪਤਾ ਇਹਨਾਂ ਨੇ ਵਿਧਾਨ ਸਭਾ 'ਚ ਮੈਨੂੰ ਭੇਜ ਦੇਣਾ ਅਤੇ ਜਿੰਨੀ ਸੇਵਾ ਅੱਜ ਕਰ ਰਿਹਾ ਮੈਂ 100 ਗੁਣਾ ਜ਼ਿਆਦਾ ਸੇਵਾ ਇਹਨਾਂ ਦੀ ਹੋਰ ਕਰੂੰਗਾ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਜਨਰਲ ਕੈਟਾਗਰੀ ਤੋਂ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਐਲਾਨਿਆ ਅਤੇ ਕਾਂਗਰਸ ਨੇ ਦਲਿਤ ਚਿਹਰਾ ਅੱਗੇ ਕੀਤਾ ਚੰਨੀ ਨੂੰ, ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਜੀ? ਯਾਰ ਮੈਂ ਤੁਹਾਨੂੰ ਅੱਜ ਪ੍ਰੈਸ ਵਾਲਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ, ਮੈਂ ਕੋਈ ਪੰਜਾਬ ਦਾ ਮੁੱਦਾ ਨਹੀਂ ਦੇਖਣਾ, ਕੋਈ ਹਿੰਦੁਸਤਾਨ ਦਾ ਮੁੱਦਾ ਨਹੀਂ ਦੇਖਣਾ, ਮੈਂ ਹਲਕਾ ਰਾਜਪੁਰੇ ਦਾ ਮੁੱਦਾ ਦੇਖਣਾ। ਮੇਰੀ ਸਭ ਤੋਂ ਪਹਿਲੀ ਨੀਤੀ ਇਹ ਰਹੇਗੀ ਜਿਹੜੇ ਹਲਕਾ ਰਾਜਪੁਰੇ 'ਚ ਮੁੱਦੇ ਨੇ ਉਹ ਪੰਜਾਬ ਵਿੱਚ ਨੇ, ਮੇਰੇ ਕੋਲ ਤਾਂ ਹਲਕਾ ਰਾਜਪੁਰੇ ਦੀ ਗੱਲ ਕਰੋ, ਮੈਂ ਕੋਈ ਪੰਜਾਬ ਦੀ ਗੱਲ ਨਹੀਂ ਕਰਨੀ, ਕੋਈ ਹਿੰਦੁਸਤਾਨ ਦੀ ਗੱਲ ਕਰਨੀ। ਮੈਂ ਇਹ ਗੱਲ ਕਹਿ ਸਕਦਾ ਹਲਕਾ ਰਾਜਪੁਰੇ 'ਚ ਰਾਮ ਰਾਜ ਹੋਊਗਾ, ਜਿਹੜੇ ਗੁੰਡਾਗਰਦੀ ਚੱਲ ਰਹੀ ਹੈ, ਜਿਹੜੇ ਗਲਤ ਕੰਮ ਚੱਲ ਰਹੇ ਨੇ, ਜਿਹੜੇ ਮਤਲਬ ਕਹਿਣ ਦਾ ਭਾਵ ਹੈ ਉਹ ਸਾਰੇ ਮੈਂ ਬੰਦ ਕਰਾਊਂਗਾ, ਹਲਕਾ ਰਾਜਪੁਰਾ ਨੂੰ ਰਾਮ ਰਾਜੇ ਬਣਾ ਕੇ ਰਹੂੰਗਾ। ਇਹ ਮੇਰਾ ਤੁਹਾਡੇ ਨਾਲ ਜਗਦੀਸ਼ ਕੁਮਾਰ ਚੱਕਾ ਜਿੰਦਾਬਾਦ। ਅੱਜ ਵੀ ਆਏ ਨੇ ਗੌਤਮ ਜੀ ਸਾਡੇ ਸਾਹਿਬ ਪਰਿਵਾਰੀ, ਤੁਸੀਂ ਦੇਖੀ ਚਲੋ ਤੇ 12 ਤਰੀਕ ਨੂੰ ਸਾਡੇ
राष्ट्रीय अध्यक्ष भारतीय जनता पार्टी जी JP नड्डा जी पुरानी अनाज मंडी आ रहे हैं 10 बजे थोड़े राही मलका राजपुरा बेनती करना कि तुसी उत्ते वध चढ़ के पहुँचो ते मैनू मैं ये गल कह सकदा वी तुसी मैनू आशीर्वाद दिओ इस दे नाल मेरा बहुत हौसला वधेगा जरूर उत्थे तुसी आओ सर एक सूत्र दा आ वी पता लग गया बॉलीवुड दे अपना सनी देओल भी आ रहे ने देखी चलो कौन कौन आ रहे ने एक लास्ट क्वेश्चन है जान दिओ तुहाडे विरोधी पार्टी वाले तुहाडे पास्ट नूं लेके बड़ा उछाल रहे हैं तुहाडे ते तुहाडे बिजनेस ते बड़ियां गल्लां मेरी एक गल सुन लो जदों हाथी चलदे ने कावत है कुत्ते भौंकदे ने कोई गल नहीं इसका कोई असर नहीं जय श्री राम पार्टी जय श्री राम जय श्री राम बहुत ठीक है जी सर चलो वीर बजरंगी हर हर महादेव जयकारा वीर बजरंगी हर हर महादेव शिवसेना पंजाब जिंदाबाद भारतीय जनता पार्टी जिंदाबाद अज जो शिवसेना पंजाब वालों BJP ਨੂੰ ਇਲੈਕਸ਼ਨ ਵਿੱਚ ਸਮਰਥਨ ਦਿੱਤਾ ਗਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ मैं जगदीश कुमार जग्गा जी नूं बधाई देना चाहुंदा सारे पंजाब दे विच शिवसेना पंजाब ने BJP नूं समर्थन दे दिता है हुण असीं वध चढ़ के जगदीश कुमार जग्गा जी नूं वोटां पवावांगे ते राजपुरा सीट कढ के BJP दी झोली च पावांगे ते ताज जी तुसीं यूथ दे इत्थे आगू हो शिवसेना पंजाब तों तुहाडा की कहना जी देखो जी सब तो पहला तो असीं अपनी हाईकमांड का बड़ा धन्नवाद करते हैं कि जिन्हां ने एक एड्डी बहुत वधिया नैशनल पार्टी चुनी उन्होंने समर्थन दिता है तो असी अज जोरां शोरां नाल जो कि यूथ है वह चाहता कि एक तब्दीली आए जो कि आप देख ही रहे हैं पिछे यूपी दे विच जोगी जी की सरकार BJP की सरकार ने बड़ा खुल के काम किया जिते सब तो ज़्यादा आतंकवाद समझते थे वो अज स्टेट साडे पंजाब तो उपर हो चुकी है तो मैं खुद चाहना कि सारा यूथ चाहता है कि अज पंजाब भी खुल के जीए कि जा जो साड़ियां धीआं भैणां ने खुल के घर तो निकल सकन किस तरह इलेक्शन विच किदां मदद करोगे इलेक्शन बहुत वधिया हो रहा मदद खुल के करांगे ते कर रहे हैं खुल के मदद ते वध तो वध सीटां पंजाब दे विच BJP दी झोली च पाओ की लगदा तुहानूं 20 तरीक नूं अपने तुसीं जो शिव सैनिक है उन्हां नूं बूथ दी कोई जिम्मेवारी ड्यूटी दोगे बिल्कुल जी बिल्कुल जिम्मेवारी है राजपुरा दी किस तरह निभाओगे अपनी जिम्मेवारी सानू जिवें कि BJP दे जिहड़े प्रभारी लगे होए ने राजपुरे च उन्होंने साढ़े 16 बूथ के उपर जिम्मेवारी लाई है असं अपने शिव सैनिक हर बूथ के उपर 3-3 शिव सैनिक लावांगे ते वो बूथ की राखी करते हुए ते साडा प्रचार जो राम को लाए हैं हम उनको लाएंगे जय श्री राम जय श्री राम अब उपलब्ध है 1100 प्लस डिजिटल केबल नेटवर्क पर एन एंड्रॉइड बेस्ड DTH स्मार्ट सेटअप बॉक्स सभी OTT प्लेटफॉर्म 24 घंटे लाइव देखिए हमारे सोशल मीडिया पेजेस पर